ਸਿੰਘ ਸਿੱਧੂ ਜਿਹੜੇ ਕਿ ਫਿਲਮ ਪ੍ਰੋਡਿਊਸ ਕਰ ਰਹੇ ਅੰਗਰੇਜ਼ ਪੁੱਤ ਅੱਜ ਚੰਡੀਗੜ੍ਹ ਪਹੁੰਚੇ ਆ, ਉਹਨਾਂ ਤੋਂ ਪੁੱਛਦੇ ਹਾਂ ਫਿਲਮ ਦੇ ਬਾਰੇ। ਵੈਲਕਮ ਸਰ, ਤੁਸੀਂ ਜਿਹੜੀ ਇਹ ਫਿਲਮ ਬਣਾ ਰਹੇ ਹੋ, ਪ੍ਰੋਡਿਊਸ ਕਰ ਰਹੇ ਹੋ, ਇਹਦੇ ਬਾਰੇ ਥੋੜ੍ਹਾ ਦੱਸੋ। ਜੀ, ਅੰਗਰੇਜ਼ ਪੁੱਤ ਜਿਹੜੀ ਮੂਵੀ ਹੈ ਜੀ, ਆਪਣੇ ਆਪ 'ਚ ਇੱਕ ਬੜੀ ਯੂਨੀਕ ਸਟੋਰੀ, ਇੱਕ ਅਲੱਗ ਕਨਸੈਪਟ ਹੈ। ਹੁਣ ਜਿਹੜੀਆਂ ਇਸ ਵੇਲੇ ਟ੍ਰੈਂਡ ਚੱਲ ਰਿਹਾ ਮੋਸਟਲੀ ਕਿ ਮੂਵੀਜ਼ ਕੀ ਨੇ, ਕਮੇਡੀ ਹੁੰਦੀ ਆ, ਔਰ ਇਹ ਜਿਹੜੀ ਮੂਵੀ ਆ ਇਹ ਡਰਾਮਾ ਐਂਡ ਕਮੇਡੀ, ਇੱਕ ਅਲੱਗ ਤਰ੍ਹਾਂ ਦੀ ਮੂਵੀ ਆਈ ਹੈ ਜਿਹਦੇ ਵਿੱਚ ਕਮੇਡੀ ਵੀ ਹੋਏਗੀ ਲੇਕਿਨ ਬਹੁਤ ਅੱਛਾ ਮੈਸੇਜ ਲੈ ਕੇ ਆਏਗੀ। ਜੇ ਮੈਂ ਇੱਦਾਂ ਕਹਿਲਾਂ ਕਿ ਫਸਟ ਟਾਈਮ ਹੋਏਗਾ ਕਿਸੇ ਪੰਜਾਬੀ ਦੀ ਵਜ੍ਹਾ ਦੇ ਨਾਲ ਅੰਗਰੇਜ਼ਾਂ ਦੇ ਘਰ ਵੀ ਪੰਗਾ। ਕੀ ਸੋਚ ਕੇ ਤੁਸੀਂ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹੋ? ਮੈਨੂੰ ਕਨਸੈਪਟ ਬਹੁਤ ਵਧੀਆ ਲੱਗਾ ਜੀ, ਇਹਦੀ ਸਟੋਰੀ ਔਰ ਇਹਦਾ ਕਨਸੈਪਟ ਜਿਹੜਾ ਉਹ ਬਹੁਤ ਸ਼ਾਨਦਾਰ ਲੱਗਾ ਜੀ, ਉਹਦੀ ਵਜ੍ਹਾ ਨਾਲ ਮੈਂ ਪ੍ਰੋਡਿਊਸ ਕਰ ਰਿਹਾ। ਸਰ, ਇਸ ਤੋਂ ਪਹਿਲਾਂ ਵੀ ਕੋਈ ਮੂਵੀਜ਼ ਤੁਸੀਂ ਪ੍ਰੋਡਿਊਸ ਕੀਤੇ ਨੇ? ਇਹ ਮੇਰੀ ਫਸਟ ਮੂਵੀ ਹੈ ਜੀ ਪ੍ਰੋਡਿਊਸ, ਜਿਹੜੀ ਨਾਲ ਕਰ ਰਿਹਾ ਮੈਂ। ਪਹਿਲਾਂ ਮੈਂ ਟੱਚ ਕਾਫੀ ਟੇਪ ਤੋਂ ਟੀਮ ਨਾਲ। ਪਰ ਸਰ, ਤੁਹਾਨੂੰ ਕਿਸ ਚੀਜ਼ ਨੇ ਪ੍ਰੋਤਸਾਹਿਤ ਕੀਤਾ ਕਿ ਤੁਸੀਂ ਫੁੱਲ ਫਲੈਜ ਮੂਵੀ ਪ੍ਰੋਡਿਊਸ ਕਰੋ? ਮੈਨੂੰ ਇਹਦੀ ਜਿਹੜੀ ਸਟੋਰੀ ਨਹੀਂ ਸੀ, ਮੈਂ ਕਾਫੀ ਦੇਰ ਤੋਂ ਸੀਗਾ ਵੀ ਕਿਸੇ ਐਸੀ ਜਗ੍ਹਾ ਦੇ ਨਾਲ ਕੁਛ ਇੱਦਾਂ ਦੀ ਚੀਜ਼ ਦਿੱਤੀ ਜਾਵੇ ਜਿਹੜੀ ਸਮਾਜ ਵਾਸਤੇ ਵੀ ਵਧੀਆ ਹੋਵੇ। ਇਹ ਜਿਹੜੀ ਸਟੋਰੀ ਸੀ ਮੈਨੂੰ ਮੇਰੇ ਹਾਰਟ ਨੂੰ ਟੱਚਿੰਗ ਲੱਗੀ, ਬਹੁਤ ਸ਼ਾਨਦਾਰ ਲੱਗੀ, ਉਸ ਵਜ੍ਹਾ ਦੇ ਨਾਲ ਮੈਂ ਜਿਹੜਾ ਪ੍ਰੋਡਿਊਸ ਦਾ ਮੰਨ ਲਿਆ। ਅਤੇ ਤੁਸੀਂ ਜਿਹੜੀ ਫਿਲਮਾਂ ਪ੍ਰੋਡਿਊਸ ਕਰਦੇ ਹੋ, ਉਹ ਤੁਸੀਂ ਮਤਲਬ ਤੁਹਾਡੇ ਦਿਮਾਗ 'ਚ ਕਨਸੈਪਟ ਹੁੰਦਾ ਕਿਤੇ ਨਾ ਕਿਤੇ ਕਿ ਮੈਂ ਇਸ ਤਰ੍ਹਾਂ ਦੀ ਫਿਲਮ ਬਣਾਉਣੀ ਹੈ? ਬਿਲਕੁਲ ਜੀ, ਕਿਤੇ ਨਾ ਕਿਤੇ ਹੁੰਦਾ ਆ ਜਿਵੇਂ ਵੀ ਕੋਈ ਅਲੱਗ ਚੀਜ਼ ਲੈ ਕੇ ਆਵਾਂ। ਮੈਂ ਬਹੁਤ ਸਾਰੇ ਲੋਕਾਂ ਨਾਲ ਟੱਚ ਰਹਿੰਦਾ ਹਾਂ, ਮੇਰਾ ਫਿਲਮ ਇੰਡਸਟਰੀ ਨਾਲ ਕਾਫੀ ਹੈਗਾ ਆ, ਵੀ ਕੋਈ ਸਟੋਰੀ ਚੰਗੀ ਮਿਲੇ ਜਿਹੜੀ ਯੂਨੀਕਨੈਸ ਹੋਵੇ ਫਿਰ ਮੈਂ ਉਸ ਨੂੰ ਲੈ ਕੇ ਆਵਾਂ।